ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਸਟੇਟਮੈਂਟ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਗਠਬੰਧਨ ਹੋ ਸਕਦਾ ਹੈ। ਮੈਂ ਇੱਕ ਚੀਜ਼ ਕਲੀਅਰ ਕਰ ਦੇਣੀ ਚਾਹੁੰਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਗਲਤ ਫਹਿਮੀ ਪੈ ਜਾਂਦੀ ਹੈ ਕਈ ਵਾਰ ਐਸੀ ਸਟੇਟਮੈਂਟਸ ਨਾਲ। ਸਾਡੇ 'ਚ ਬਹੁਤ ਸਾਰੇ ਜ਼ਮੀਨੀ ਲੈਵਲ ਦੇ ਵਰਕਰ ਸਾਰੀਆਂ ਪਾਰਟੀਆਂ 'ਚੋਂ ਆ ਰਹੇ ਆ। ਅਸੀਂ ਇੱਕੋ ਗੱਲ ਕਹੀ ਆ ਕਿ ਜਿਹਨੂੰ ਨਰਿੰਦਰ ਮੋਦੀ ਜੀ ਦੀ ਲੀਡਰਸ਼ਿਪ ਪਸੰਦ ਹੋਵੇ ਉਹ ਸਾਡੇ 'ਚ ਆ ਸਕਦਾ, ਜਿਹਨੂੰ ਸਾਡੀ ਵਿਚਾਰਧਾਰਾ ਏਕਾਤਮ ਮਾਨਵ ਦਰਸ਼ਨ ਪਸੰਦ ਹੋਵੇ, ਜੋ ਆਖਰੀ ਵਿਅਕਤੀ ਹੈ ਜਿਹਦੇ ਸਿਰ 'ਤੇ ਛੱਤ ਨਹੀਂ, ਜਿਹਦੇ ਤਨ ਨੂੰ ਕੱਪੜਾ ਨਹੀਂ, ਜਿਹਦੇ ਪੇਟ ਨੂੰ ਰੋਟੀ ਨਹੀਂ, ਉਹਦੇ ਲਈ ਅਸੀਂ ਭਾਜਪਾ ਦੇ 14 ਕਰੋੜ ਮੈਂਬਰ ਜੁੜ ਕੇ ਬੈਠਦੇ ਹਾਂ ਅਤੇ ਕਿਸੇ ਇੱਕ ਵਿਅਕਤੀ ਲਈ ਨਹੀਂ ਬੈਠਦੇ। ਇਸ ਕਰਕੇ ਸਾਡੀ ਵਿਚਾਰਧਾਰਾ ਨੂੰ ਪਸੰਦ ਕਰਕੇ, ਸਾਡੇ ਲੀਡਰ ਨੂੰ ਪਸੰਦ ਕਰਕੇ ਸਾਡੀ ਪਾਰਟੀ 'ਚ ਆ ਸਕਦੇ ਆ, ਅਸੀਂ ਵੈਲਕਮ ਕਰਦੇ ਹਾਂ ਸਭ ਦਾ। ਪਰ ਜਿਹੜਾ ਇਹ ਆ ਕਿ ਪਹਿਲਾਂ ਅਸੀਂ ਅਕਾਲੀ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਰੱਖਿਆ ਪੰਜਾਬ ਦੀ ਏਕਤਾ ਅਖੰਡਤਾ ਲਈ, ਪੰਜਾਬ ਦੀ ਭਾਈਚਾਰਕ ਸਾਂਝ ਲਈ ਔਰ ਪੰਜਾਬ ਦੇ ਵਿਕਾਸ ਲਈ ਔਰ ਪੰਜਾਬ ਦੇਸ਼ ਦੀ ਮੁੱਖ ਧਾਰਾ ਨਾਲ ਜੁੜਿਆ ਰਹੇ ਉਸਦੇ ਲਈ, ਅਤੇ ਉਹ ਸਮਝੌਤੇ 'ਚ ਅਸੀਂ ਆਪਣੇ ਆਪ ਨੂੰ ਛੋਟਾ ਕਰਦੇ ਗਏ। ਸਾਡਾ ਉਹ ਰਾਜਨੀਤਿਕ ਸਮਝੌਤਾ ਨਹੀਂ ਸੀ, ਪੰਜਾਬ ਦੇ ਭਲੇ ਲਈ ਸੀ। ਹੁਣ ਪੰਜਾਬ ਦੇ ਭਲੇ ਲਈ, ਪੰਜਾਬ ਦੇ ਵਿਕਾਸ ਲਈ, ਭਾਈਚਾਰਕ ਸਾਂਝ ਲਈ ਔਰ ਪੰਜਾਬ ਦੀ ਏਕਤਾ ਅਖੰਡਤਾ ਲਈ, ਦੇਸ਼ ਦੀ ਏਕਤਾ ਅਖੰਡਤਾ ਲਈ ਔਰ ਪੰਜਾਬ ਦੇਸ਼ ਦੀ ਮੁੱਖ ਧਾਰਾ ਨਾਲ ਜੁੜਿਆ ਰਹੇ ਉਸਦੇ ਲਈ ਪੰਜਾਬ ਅਸੀਂ ਆਪਣੇ ਆਪ ਨੂੰ ਬੜਾ ਕਰਨਾ। ਜਿਹਨੇ ਆਉਣਾ ਕਮਲ ਦੀ ਛਾਇਆ ਹੇਠ ਆ ਜਾਏ, ਅਸੀਂ ਕੋਈ ਸਮਝੌਤਾ ਨਹੀਂ ਕਰਨ ਵਾਲੇ ਅਤੇ ਕੋਈ ਵੀ ਗਲਤ ਫਹਿਮੀ ਦਿਮਾਗ 'ਚ ਨਾ ਰੱਖੇ ਔਰ ਡਟ ਕੇ ਪਾਰਟੀ 'ਚ ਆਓ। ਅਸੀਂ 117 ਦੀਆਂ 17 ਸੀਟਾਂ ਲੜਾਂਗੇ ਵਿਧਾਨ ਸਭਾ ਔਰ 13 ਦੀਆਂ 13 ਲੋਕ ਸਭਾ, ਅਤੇ ਕਿਸੇ ਨਾਲ ਕੋਈ ਅਲਾਇੰਸ ਗਠਬੰਧਨ ਨਹੀਂ ਕਰਨ ਵਾਲੇ। ਇਸ ਕਰਕੇ ਮੇਰੀ ਇਹੀ ਅਪੀਲ ਆ ਕਿ ਕਿਸੇ ਗਲਤ ਫਹਿਮੀ 'ਚ ਨਾ ਪਾਓ।